ਸੰਯੁਕਤ ਕਿਸਾਨ ਮੋਰਚੇ ਦੇ ਸੱਦੇ ਤੇ ਕਸਬਾ ਪਿੱਖੀ ਵਿਖੇ ਕਿਸਾਨਾਂ ਨੇ ਪਹਿਲਾਂ ਗੁਰਦੁਆਰਾ ਪਾਤਸ਼ਾਹੀ 9ਵੀਂ ਤੋਂ ਮਾਰਚ ਕੱਢਿਆ ਤੇ ਬਾਅਦ 'ਚ ਕਿਸਾਨ ਬਰਨਾਲਾ ਚੌਂਕ 'ਚ ਧਰਨਾ ਦੇ ਕੇ ਭੁੱਖ ਹੜਤਾਲ ਤੇ ਬੈਠ ਗਏ। ਇਸ ਮੌਕੇ ਸੰਯੁਕਤ ਮੋਰਚੇ ਦੇ ਵੱਖ ਵੱਖ ਆਗੂਆਂ ਨੇ ਸੰਬੋਧਨ ਕਰਦਿਆਂ ਕਿਹਾ ਕਿ ਦਿੱਲੀ 'ਚ ਚੱਲ ਰਹੇ ਕਿਸਾਨ ਅੰਦੋਲਨ ਨੂੰ ਬਦਨਾਮ ਕਰਨ ਲਈ ਕੇਂਦਰ ਸਰਕਾਰ ਤੇ ਦਿੱਲੀ ਪੁਲਿਸ ਜੋ ਹੱਥਕੰਡੇ ਵਰਤ ਰਹੀ ਹੈ ਉਸ ਦੀ ਉਹ ਨਿਖੇਧੀ ਕਰਦੇ ਨੇ। ਆਗੂਆਂ ਨੇ ਮੰਗ ਕੀਤੀ ਕਿ ਦਿੱਲੀ ਅੰਦੋਲਨ ਨੂੰ ਖਰਾਬ ਕਰਨ ਦੀ ਸਾਜ਼ਿਸ਼ ਕਰਨ ਵਾਲਿਆਂ ਨੂੰ ਬੇਨਕਾਬ ਕਰਕੇ ਉਹਨਾਂ ਖਿਲਾਫ ਸਖ਼ਤ ਕਾਰਵਾਈ ਕੀਤੀ ਜਾਵੇ। ਉਹਨਾਂ ਇਹ ਵੀ ਕਿਹਾ ਕਿ ਕਿਸਾਨ ਆਗੂਆਂ ਤੇ ਦਰਜ ਕੀਤੇ ਝੂਠੇ ਪਰਚੇ ਤੁਰੰਤ ਰੱਦ ਕੀਤੇ ਜਾਣ। ਆਗੂਆਂ ਨੇ ਕਿਹਾ ਕਿ ਕਿਸਾਨਾਂ ਦਾ ਦਿੱਲੀ ਵੱਲ ਕੂਚ ਕਰਨਾ ਬਸਤੂਰ ਜਾਰੀ ਹੈ ਤੇ ਖੇਤੀ ਕਾਨੂੰਨਾਂ ਦੇ ਰੱਦ ਹੋਣ ਤੱਕ ਸੰਘਰਸ਼ ਜਾਰੀ ਰਹੇਗਾ। ਸੰਯੁਕਤ ਕਿਸਾਨ ਮੋਰਚੇ ਵੱਲੋਂ ਜੋ 1 ਤਰੀਕ ਦਾ 1 ਫਰਵਰੀ ਦਾ ਪਾਰਲੀਮੈਂਟ ਵੱਲ ਮਾਰਚ ਦਾ ਪ੍ਰੋਗਰਾਮ ਸੀ, ਉਸ ਸ਼ਰਾਰਤੀ ਅੰਸਰਾਂ ਵੱਲੋਂ ਸਰਕਾਰ ਦੇ ਬੰਦਿਆਂ ਵੱਲੋਂ ਜੋ ਉੱਥੇ ਭੜਘਾਟ ਕਰਵਾਈ ਗਈ ਹੈ ਉਸ ਕਰਕੇ ਉਹ ਪ੍ਰੋਗਰਾਮ ਰੱਦ ਕਰਨਾ ਪੈ ਗਿਆ ਜਥੇਬੰਦੀਆਂ ਵੱਲੋਂ। ਅਤੇ ਜਥੇਬੰਦੀਆਂ ਵੱਲੋਂ 30 ਤਰੀਕ ਦੀ ਭੁੱਖ ਹੜਤਾਲ ਵਰਤ ਰੱਖਣ ਦਾ ਜੋ ਫੈਸਲਾ ਕੀਤਾ ਗਿਆ ਉਹਦੇ ਤਹਿਤ ਅੱਜ ਅਸੀਂ ਭਿੱਖੀ ਦੇ ਵਿੱਚ ਇਹ ਭੁੱਖ ਹੜਤਾਲ ਕਰ ਰਹੇ ਹਾਂ ਤਾਂ ਜੋ ਇਸ ਦਾ ਸੁਨੇਹਾ ਘਰ ਘਰ ਪਹੁੰਚੇ। ਜੋ ਜਿੰਨੇ ਬੰਦੇ ਵੀ ਉਰੇ ਬੈਠੇ ਨੇ ਸਾਰਿਆਂ ਨੇ ਸਵੇਰ ਦਾ ਕੋਈ ਖਾਣਾ ਨਹੀਂ ਖਾਧਾ, ਸ਼ਾਮ ਦੇ 5 ਵਜੇ ਤੱਕ ਉਹ 5 ਵਜੇ ਨੂੰ ਅਸੀਂ ਵਰਤ ਖਿਲਾਵਾਂਗੇ, ਉਸ ਤੋਂ ਬਾਅਦ ਸਾਰੇ ਖਾਣਾ ਖਾਣਗੇ। ਕਿਉਂਕਿ ਹਿੰਦੁਸਤਾਨ ਦੀ ਸਰਕਾਰ ਨੇ ਜੋ ਜਾਣਬੁੱਝ ਕੇ ਉੱਥੇ ਗੜਬੜ ਕਰਾਈ ਹੈ ਕਿਸਾਨ ਮੋਰਚੇ ਨੂੰ ਫੇਲ ਕਰਨ ਵਾਸਤੇ, ਉਸ ਵਾਸਤੇ ਜੋ ਸਾਨੂੰ ਕਿਸਾਨਾਂ ਵੱਲੋਂ ਕਿਸਾਨ ਮੋਰਚੇ ਦੀ ਮਜ਼ਬੂਤੀ ਲਈ ਅਸੀਂ ਪਿੰਡਾਂ ਦੇ ਵਿੱਚ ਸ਼ਹਿਰ ਦੇ ਵਿੱਚ ਜੋ ਉਹਦੀ ਅਸਲੀਅਤ ਹੈ ਉਹਨੂੰ ਦੱਸਣ ਵਾਸਤੇ ਅਸੀਂ ਇਹ ਪ੍ਰੋਗਰਾਮ ਕਰ ਰਹੇ ਹਾਂ ਤਾਂ ਜੋ ਲੋਕਾਂ ਨੂੰ ਉਸ ਦੀ ਅਸਲੀਅਤ ਦਾ ਪਤਾ ਲੱਗ ਸਕੇ। ਭਿੱਖੀ ਮਾਨਸਾ ਤੋਂ ਗੁਰਿੰਦਰ ਸਿੰਘ ਔਲਖ ਦੀ ਰਿਪੋਰਟ। ਵਧੇਰੇ ਖਬਰਾਂ ਲਈ ਤੁਸੀਂ ਦੇਖਦੇ ਰਹੋ ਅਜੀਤ ਵੈਬ ਟੀਵੀ।